ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਬੀਤੇ ਦਿਨੀ ਬੰਗਾ ਦੇ ਪਿੰਡ ਪਠਲਾਵਾ ਵਿਖੇ ਗਿਆਨੀ ਬਲਦੇਵ ਸਿੰਘ ਦੀ ਹੋਈ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਉਹਨਾਂ ਦੇ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਵਾਇਰਸ ਟੈਸਟ ਵੀ ਪੋਜ਼ਿਟਿਵ ਆਏ ਨੇ। ਜਾਣਕਾਰੀ ਅਨੁਸਾਰ ਉਹਨਾਂ ਦੇ ਬੇਟੇ ਫਤਿਹ ਸਿੰਘ, ਦੂਜੇ ਬੇਟੇ ਸੁਖਵਿੰਦਰ ਸਿੰਘ, ਤੀਜੇ ਬੇਟੇ ਹਰਿੰਦਰ ਸਿੰਘ, ਨੂੰ ਭੁਪਿੰਦਰ ਕੌਰ, ਦੂਜੀ ਨੂੰ ਰਾਜਵਿੰਦਰ ਕੌਰ ਅਤੇ ਪੋਤੀ ਹਰਪ੍ਰੀਤ ਦਾ ਟੈਸਟ ਵੀ ਪੋਜ਼ਿਟਿਵ ਆਇਆ ਹੈ। ਇਹਨਾਂ ਸਾਰਿਆਂ ਨੂੰ ਨਵਾਂਸ਼ਹਿਰ ਤੋਂ ਆਈ ਮੈਡੀਕਲ ਟੀਮ ਬੀਤੀ ਰਾਤ ਨਵਾਂਸ਼ਹਿਰ ਲੈ ਗਈ ਸੀ, ਜਿੱਥੇ ਕਿ ਇਹਨਾਂ ਦਾ ਕੋਰੋਨਾ ਵਾਇਰਸ ਟੈਸਟ ਪੋਜ਼ਿਟਿਵ ਪਾਇਆ ਗਿਆ, ਜਦਕਿ ਬਾਕੀ 9 ਦਾ ਟੈਸਟ ਨੈਗੇਟਿਵ ਆਇਆ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।